ਜਲੰਧਰ ਬੱਸ ਅੱਡੇ ਨਜ਼ਦੀਕ ਹੋਈ ਫਾਇਰਿੰਗ, ਇੱਕ ਏਜੰਟ ਦੀ ਖੜ੍ਹੀ ਗੱਡੀ ਉੱਪਰ ਚਲਾਈਆਂ ਗਈਆਂ ਗੋਲੀਆਂ। ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਬੱਸ ਅੱਡੇ ਦੇ ਨਜ਼ਦੀਕ ਇੱਕ ਏਜੰਟ ਦੀ ਖੜ੍ਹੀ ਕਾਰ ਉੱਪਰ ਕੁਝ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਇੱਕ ਪਰਚੀ ਵੀ ਗੱਡੀ ਵਿੱਚ ਰੱਖ ਗਏ ਸਨ ਅਤੇ ਉਸ ਪਰਚੀ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੋਲੀਆਂ ਚਲੀਆਂ ਗੱਡੀ 'ਚ ਸੀ ਉਸ ਵਕਤ? ਕੋਈ ਨਹੀਂ, ਕੋਈ ਨਹੀਂ ਬਾਈ, ਖੜੀ ਗੱਡੀ ਖੜੀ ਗੱਡੀ ਨੇ ਮਾਰੀ ਨਹੀਂ। ਤੁਸੀਂ ਉਸ ਮੌਕੇ ਕਿੱਥੇ ਸੀ? ਮੈਂ ਆਪਣੇ ਆਫਿਸ 'ਚ ਬੈਠਾ। ਕਿੰਨੇ ਰੂਮ ਫਾਇਰ ਹੋਏ? ਫਾਇਰਿੰਗ ਹੋਈ ਹੈ, ਕੀ ਹੈ ਪੂਰਾ ਮਾਮਲਾ? ਦੱਸ ਇੱਥੇ ਜਦੋਂ ਆਏ ਹਾਂ ਡੈਲਟਾ ਚੈਂਬਰ ਦੇ ਵਿੱਚ, ਇੰਦਰਜੀਤ ਸਿੰਘ ਨਾਮਕ ਇੱਕ ਇਮੀਗ੍ਰੇਸ਼ਨ ਦਾ ਕੰਮ ਆ ਉਹਨਾਂ ਦਾ, ਅਤੇ ਉਹਨਾਂ ਦੱਸਿਆ ਵੀ ਮੇਰੀ ਗੱਡੀ ਪਾਰਕਿੰਗ 'ਚ ਚਿੱਟੇ ਰੰਗ ਦੀ ਖੜ੍ਹੀ ਸੀਗੀ ਅਤੇ ਲਿੰਕ ਰੋਡ ਰਾਹੀਂ ਤਿੰਨ ਮੋਨੇ, ਇੱਕ ਸਰਦਾਰ ਦੇ ਦੋ ਮੋਨੇ ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਪਿਛਲੇ ਪਾਸੇ ਸ਼ੀਸ਼ੇ ਦੇ ਫਾਇਰ ਕਰਕੇ ਚੱਲ ਕੇ ਫਰਾਰ ਹੋ ਗਏ। ਅਤੇ ਜਦੋਂ ਗੋਲੀਆਂ ਚੱਲੀਆਂ ਉਸ ਵਕਤ ਗੱਡੀ 'ਚ ਕੋਈ ਤਨਾਅ ਸੀ ਮੌਜੂਦ? ਉਹਦੇ ਪੈਸੇ ਗੱਡੀ ਪਾਰਕਿੰਗ 'ਚ ਖੜ੍ਹੀ ਸੀ। ਜਿਹੜੇ ਗੱਡੀ ਦੇ ਮਾਲਕ ਨੇ ਉਹਨਾਂ ਦੱਸਿਆ ਕਿ ਕੋਈ ਕਿਸੇ ਨੇ ਰੰਜਿਸ਼ ਵਗੈਰਾ ਜਾਂ ਛੱਡ ਕੋਈ ਤਰੀਕ ਹੁੰਦੇ ਆ ਤਫਤੀਸ਼ ਹੁੰਦੀ ਹੈ ਜੋ ਵੀ ਸਾਡੇ ਸੰਦੇ? ਕਿੰਨੇ ਰੋਡ, ਕਿੰਨੇ ਖੋਲ ਬਰਾਮਦ ਹੋਏ? ਪਿਛਲੇ ਪਾਸੇ ਹੋਏ ਆ, ਸਾਡੇ ਕੋਲ ਇੱਕ ਪੇਂਦਾ ਮਿਲਿਆ ਸਿਰਫ ਇਕੱਲਾ ਇੱਕ, ਬਾਕੀ ਉਹਦੇ ਸ਼ੀਸ਼ਿਆਂ ਦੇ ਵਿੱਚ ਜਿਹੜੇ ਤੱਥੇ ਪਏ ਆ ਜੀ। ਓਕੇ, ਅਤੇ ਗੱਲ ਕਰੀਏ ਕਿੰਨੇ ਫਾਇਰ ਹੋਏ ਕਿਸੇ ਮੌਕੇ ਦੇ ਜਿਹੜੇ ਖੋਲ ਹੈ? ਤਰੀਕ ਕੰਨ ਤਿੰਨ ਕੁ ਫਾਇਰ ਹੋਏ ਆ ਅਤੇ ਬਾਕੀ ਜਾਂਚ ਕਰ ਰਹੇ ਹਾਂ ਸਰ, ਜਾਂਚ ਟੀਮ ਸਾਡੇ। ਬਾਈ, ਸੀ ਸੀ ਟੀ ਵੀ ਹੈ ਇੱਥੇ ਜਿੱਥੋਂ ਆਰੋਪੀਆਂ ਬਾਰੇ ਪਤਾ ਲੱਗ ਸਕਦਾ ਹੈ? ਸੀ ਸੀ ਟੀ ਵੀ ਤਫਤੀਸ਼ ਹੋ ਰਹੀ ਹੈ ਜੀ, ਤਫਤੀਸ਼ ਹਰੇਕ ਐਂਗਲ ਤੋਂ ਤਫਤੀਸ਼ ਹੋ ਰਹੀ ਹੈ, ਉਸ ਤੋਂ ਬਾਅਦ ਜੋ ਸਾਹਮਣੇ ਸੱਚਾਈ ਹੈ ਤਾਂ ਦੱਸੀ ਜਾਊਗੀ। ਫਾਇਰ ਪਾਰਕਿੰਗ ਪਾਸੇ ਚੱਲ ਰਿਹਾ, ਇੱਕ ਹੀ ਕੰਮ ਕੀ ਕਰਦੇ ਨੇ ਜਿਹੜੇ? ਇਹਨਾਂ ਦਾ ਇਮੀਗ੍ਰੇਸ਼ਨ ਦਾ ਕੰਮ ਹੈ ਜੀ, ਡੈਲਟਾ ਚੈਂਬਰ ਦੇ ਵਿੱਚ ਦਫ਼ਤਰ ਇਹਨਾਂ ਦਾ। ਇੰਦਰਜੀਤ ਨੇ ਕੀ ਦੱਸਿਆ ਸੀਗਾ ਵੀ ਕਿੱਦਾਂ ਉਹਨਾਂ ਨੂੰ ਕਿੱਦਾਂ ਪਤਾ ਲੱਗਾ? ਇੰਦਰਜੀਤ ਕਹਿੰਦਾ ਜਦੋਂ ਅਸੀਂ ਅੰਦਰ ਗਏ ਦਫ਼ਤਰ ਦੇ ਵਿੱਚ ਅਤੇ ਤਾੜ ਤਾੜ ਦੀਆਂ ਆਵਾਜ਼ਾਂ ਸੁਣੀਆਂ, ਸਕਿਉਰਟੀ ਵਾਲੇ ਇਕੱਠੇ ਸੀਗੇ, ਪਾਰਕਿੰਗ ਦਾ ਇੱਕ ਮੁੰਡਾ ਸੀਗਾ, ਉਹਨੂੰ ਆ ਕੇ ਦੱਸਿਆ ਵੀ ਤੁਹਾਡੀ ਗੋਲੀ ਅਤੇ ਗੱਡੀ ਦੇ ਬੰਦੇ ਨਾਮ ਲੋਕ ਅਤੇ ਗੋਲੀਆਂ ਮਾਰ ਕੇ ਫਰਾਰ ਹੋ। ਉਹਨਾਂ ਨੂੰ ਇਹ ਵੀ ਦੱਸਿਆ ਗਿਆ ਕੋਈ ਲੈਟਰ ਕੋਈ ਮਿਲਿਆ ਸੀ? ਨਹੀਂ, ਕੋਈ ਸਾਡੇ ਕੋਲ ਤਾਂ ਹੈ ਨਹੀਂ, ਫਿਰ ਵੀ ਉਹ ਥਾਣੇ ਗਏ ਆ, ਜੋ ਵੀ ਗੱਲ ਸਾਹਮਣੇ ਸੱਚਾਈ ਤਾਂ ਦੱਸ ਦਿੰਦੇ। ਸਰ, ਇਹ ਆਮ ਤੌਰ 'ਤੇ ਹੀ ਹੋ ਗਿਆ ਜੀ ਜਲੰਧਰ ਦੇ ਵਿੱਚ, ਰੋਜ਼ ਹੀ ਗੋਲੀਆਂ ਚੱਲ ਜਾਂਦੀਆਂ। ਜੋ ਸੱਚਾਈ ਹੋ ਗਈ? ਨਹੀਂ ਨਹੀਂ, ਸੱਚਾਈ ਤਾਂ ਠੀਕ ਹੈ ਜੀ, ਮਗਰ ਰੋਜ਼ ਹੀ ਗੋਲੀਆਂ ਚੱਲ ਰਹੀਆਂ ਸਰ, ਕਿਵੇਂ ਰੁਕੂਗਾ ਜੀ? ਕੈਦ ਫੜੇ ਜਾਣ ਸ਼ਾਮ ਤੱਕ ਸਾਰੀ ਕਾਰਵਾਈ ਹੋ ਗਈ। ਕੋਈ ਸੀ ਸੀ ਟੀ ਵੀ ਵਗੈਰਾ ਦੇਖੀ ਤੁਸੀਂ? ਦੇਖੋ ਜੀ, ਕਰ ਰਹੇ ਹਾਂ ਖਾਲਣ ਦੇ, ਦੇਖੋ ਸਾਹਮਣੇ ਕੈਮਰਾ, ਇੱਕ ਪੀਜ਼ਾ 24 ਵਾਲਿਆਂ ਦਾ ਵੀ ਦੇਖਣ ਲੱਗੇ। ਨਹੀਂ ਲੱਗਦਾ ਕਿ ਸਰ ਇਹਦੇ ਪਿੱਛੇ ਕੋਈ ਰੰਜਿਸ਼ ਲੱਗਦੀ, ਕੀ ਕਾਰਨ ਕੀ ਲੱਗਦਾ? ਕੁਛ ਨਹੀਂ ਦੱਸਦਾ। ਉਹਨਾਂ ਦੱਸਿਆ ਕੋਈ ਫੋਨ ਕਾਲਸ ਵਗੈਰਾ ਆਈਆਂ ਕੁਛ ਇੱਦਾਂ ਦੀ ਗੱਲ ਹੋਈ? ਕਿਉਂਕਿ ਟ੍ਰੈਵਲ ਏਜੰਟ ਦਾ ਕੰਮ ਕਰਦੇ ਜਾਂ ਕਿਸੇ ਦਾ ਲੈਣ ਦੇਣ ਹੋਵੇ, ਨਹੀਂ ਕੋਈ ਲੈਣ ਦੇਣ ਦਾ ਮਾਮਲਾ ਹੋਵੇ, ਦੱਸ ਸਕਦੇ ਸਾਰੇ ਉਠਾਣੇ ਗਏ ਆ? ਜਿਹੜੀ ਸਾਹਿਬ ਸਮਝਾਣ ਦੀ ਕੋਈ ਟੀਮ ਆਈ ਆ ਉਹ ਦੇਖੂਗੀ, ਜੋ ਤਫਤੀਸ਼ ਹੋਊਗੀ ਤੁਹਾਡੇ ਸਾਹਮਣੇ। ਬਲਜਿੰਦਰ ਜੀ, ਜਿੱਦਾਂ ਕੌਸ਼ਲ ਇਹਨਾਂ ਨੇ ਦੱਸਿਆ, ਇੰਦਰਜੀਤ ਨੇ ਵੀ ਜਿਹੜਾ ਪੇਪਰ ਮਿਲਿਆ ਸੀ ਉਹਦੇ ਉੱਤੇ ਕੌਸ਼ਲ ਚੌਧਰੀ ਨਾਮ ਲਿਖਿਆ ਹੋਇਆ ਸੀਗਾ, ਔਰ ਚੌਧਰੀ ਦੀ ਪੇਪਰ ਉਹ ਪਹਿਲਾਂ ਕਹਿੰਦਾ ਸ਼ੀਸ਼ੇ ਦੇ ਬਾਅਦ ਚਪਕਾ ਗਏ ਸੀਗੇ, ਕੌਸ਼ਲ ਚੌਧਰੀ ਲਿਖਿਆ 5 ਕਰੋੜ ਰੁਪਈਆ ਬਸ, ਉਹ ਤਾਂ ਫੇਕ ਹੈਗਾ, ਕਿਸੇ ਨੇ ਕੋਈ ਇੱਥੇ ਕੋਈ ਇੱਦਾਂ ਦੀ ਗੱਲਬਾਤ ਸਾਹਮਣੇ ਆਈ ਨਹੀਂ ਮੇਰੇ।
ਦੇਖੋ ਬਾਕੀ ਕੁਝ ਗਏ ਆ ਥਾਣੇ ਪੈਲਸ ਜਾਂ ਟੀਮ ਜਿਹੜੀ ਹੁਣ ਅਗਲੀ ਸਰ ਕੀ ਕਾਰਵਾਈ ਕੀਤੀ ਹੈ ਅਗਲੀ ਮੁਕੱਦਮਾ ਦਰਜ ਕਰਾਂਗੇ ਤਾਂ ਪੀ ਹੋਊਗੀ।